ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਕ੍ਰਾਂਤੀ ਸੈਣੀ ਆਪਣਾ ਪ੍ਰੋਗਰਾਮ ਪੰਜਾਬੀ ਰਿਵਿਊ ਲੈ ਕੇ ਹਾਜ਼ਰ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਨਵੇਂ ਲਾਂਚ ਹੋਣ ਵਾਲੇ ਮੋਬਾਈਲਸ ਜਾਂ ਜੋ ਗੈਜਟਸ ਸਾਡੇ ਆਉਂਦੀਆਂ ਨੇ ਉਹਨਾਂ ਦੇ ਬਾਰੇ ਦੱਸਿਆ ਕਰਾਂਗੇ। ਪਰ ਸਾਡੇ ਪ੍ਰੋਗਰਾਮ ਦੀ ਖਾਸੀਅਤ ਇਹ ਰਹੇਗੀ ਕਿ ਸਭ ਕੁਝ ਤੁਹਾਨੂੰ ਪੰਜਾਬੀ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਇਸ ਦੇ ਲਈ ਮੈਂ ਸਪੈਸ਼ਲੀ ਥੈਂਕਸ ਕਰਦਾ ਸਕਾਈ ਗਰਾਊਂਡ ਪਿਕਚਰਸ ਦਾ ਅਤੇ ਜੌਲੀ ਕਲਿਕਸ ਪੱਟੀ ਦਾ। ਜਾਣਕਾਰੀ ਦੇਣ ਜਾ ਰਹੇ ਹਾਂ, ਉਹ ਸੈੱਟ ਦਾ ਨਾਂ ਹੈ ਯੂਰੇਕਾ। ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਇਸ ਸੈੱਟ ਬਾਰੇ ਚਰਚਾ ਹੋ ਰਿਹਾ ਹੈ, ਕਿਉਂਕਿ ਇਹ ਸੈੱਟ ਆ ਰਿਹਾ ਹੈ ਸਾਈਨੋਜਨ ਬਾਟਰ ਰੋਮ ਦੇ ਨਾਲ, ਜੋ ਇਸ ਤੋਂ ਪਹਿਲਾਂ ਸਿਰਫ ਵਨ ਪਲੱਸ ਵਨ ਦੇ ਵਿੱਚ ਅਵੇਲੇਬਲ ਸੀ, ਜਿਸ ਦੀ ਕੋਸਟ 24,000 ਰੁਪਏ ਦੇ ਅਰਾਊਂਡ ਹੈ। ਪਰ ਮਾਈਕਰੋਮੈਕਸ ਨੇ ਸਾਈਨੋਜਨ ਦਾ ਰਲ ਕੇ ਕੰਟਰੀਬਿਊਟ ਕਰਕੇ ਇੱਕ ਨਵਾਂ ਪ੍ਰੋਡਕਟ ਜੋ ਯੂਰੇਕਾ ਬਣਾਇਆ, ਜੋ ਤੁਹਾਨੂੰ ਬਹੁਤ ਘੱਟ ਕੀਮਤ 'ਤੇ ਸਿਰਫ 9,000 ਰੁਪਏ ਦੇ ਵਿੱਚ ਅਵੇਲੇਬਲ ਹੈ ਅਤੇ ਫੁੱਲ ਆਫ ਫੀਚਰ ਹੈਗਾ। ਇਸ ਦੇ ਵਿੱਚ ਬਹੁਤ ਜ਼ਿਆਦਾ ਫੰਕਸ਼ਨ ਨੇ ਜਿਹੜੇ ਤੁਹਾਨੂੰ ਹਾਈ ਐਂਡ ਮੋਬਾਈਲ ਦੇ ਵਿੱਚੋਂ ਮਿਲਦੇ ਨੇ। ਜਿਹੜੀ ਸਕਰੀਨ ਹੈ ਉਸ 'ਤੇ ਕੋਟਿੰਗ ਹੋਈ ਹੈ ਕੋਰਨਿੰਗ ਗਰੀਲਾ ਗਲਾਸ 3 ਦੀ, ਥਰਡ ਜਨਰੇਸ਼ਨ ਕੋਰਨਿੰਗ ਕੰਪਨੀ ਦਾ ਗਰੀਲਾ ਗਲਾਸ ਹੈ। ਜਿਵੇਂ ਜੇਬ ਵਿੱਚ ਅਸੀਂ ਸੈੱਟ ਪਾਇਆ ਜਾਂ ਕੀਜ਼ ਪਾਈਆਂ ਜਾਂ ਕੋਈ ਸ਼ਾਰਪਿੰਗ ਪਾ ਲੈਂਦੇ ਹਾਂ ਤਾਂ ਸਕਰੀਨ ਦੇ ਉੱਤੇ ਸਕਰੈਚ ਪੈਣ ਦਾ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਚਾਂਸ ਨਹੀਂ ਹੈ। ਬਹੁਤ ਹਾਰਡ ਸਕਰੀਨ ਹੁੰਦੀ ਹੈ, ਸੋ ਇਸ ਕਰਕੇ ਤੁਸੀਂ ਰਿਲੈਕਸ ਹੋ ਸਕਦੇ ਜੇ। ਅਤੇ ਇਹ ਸੈੱਟ ਆਉਂਦਾ ਹੈ 2GB ਰੈਮ ਦੇ ਨਾਲ, ਉਹ ਜੋ ਕਿ ਹੈ DDR3 ਰੈਮ। DDR3 ਇੱਕ ਹਾਈ ਕੁਆਲਿਟੀ ਦੀ ਰੈਮ ਗਿਣੀ ਜਾਂਦੀ, ਸੋ ਬਹੁਤ ਵਧੀਆ ਫੀਚਰ ਹੈ। 2GB ਰੈਮ ਹੈ ਅਤੇ 16GB ਇਸ ਦੀ ਇੰਟਰਨਲ ਮੈਮਰੀ ਹੈ, ਜਿਸ ਨੂੰ ਅਸੀਂ ਐਕਸਪੈਂਡ ਕਰ ਸਕਦੇ ਹਾਂ 64GB ਤੱਕ। ਇਸ ਦਾ ਬਹੁਤ ਵਧੀਆ ਫੀਚਰ ਹੈ ਕਿਉਂਕਿ ਮੈਮਰੀ ਐਕਸਪੈਂਡੇਬਲ ਹੈ। ਇਸ ਤੋਂ ਬਾਅਦ ਗੱਲ ਕਰਦੇ ਕੈਮਰੇ ਦੀ, ਫਰੰਟ ਕੈਮਰਾ ਆਉਂਦਾ ਹੈ 5 MP ਫਿਕਸ ਫੋਕਸ ਦੇ ਨਾਲ, ਅਤੇ ਬੈਕ ਕੈਮਰਾ ਹੈ 13 MP ਸੋਨੀ ਦੇ ਸੀਮੋਕਸ XR ਲੈਂਸ ਦੇ ਨਾਲ, ਜੋ ਸਾਨੂੰ ਹਾਈ ਕੁਆਲਿਟੀ ਦੀਆਂ ਪਿਕਚਰ ਦਿੰਦਾ ਹੈ। ਓਪਰੇਟਿੰਗ ਸਿਸਟਮ ਹੈ ਸਾਈਨੋਜਨ 11.0, ਜੋ ਕਿ ਬੇਸਡ ਹੈ ਐਂਡਰਾਇਡ ਕਿਟ ਕੈਟ ਉੱਤੇ, ਅਤੇ 26 ਮਾਰਚ ਨੂੰ ਇਸ ਦੇ ਉੱਤੇ ਐਂਡਰਾਇਡ 5.0.1 ਦਾ ਅਪਗ੍ਰੇਡ ਆ ਜਾਏਗਾ, ਜਿਸ ਨੂੰ ਅਸੀਂ ਲੋਲੀਪੋਪ ਕਹਿੰਦੇ ਹਾਂ। ਸੋ ਇੱਕ ਇੰਡੀਆ ਦੇ ਕੁਝ ਪਹਿਲੇ ਸੈੱਟ 'ਚ ਹੋਏਗਾ ਜੋ ਸਭ ਤੋਂ ਪਹਿਲੀਆਂ ਦੇ ਵਿੱਚ ਸਭ ਤੋਂ ਪਹਿਲਾਂ ਐਂਡਰਾਇਡ 5.0 ਦਾ ਅਪਗ੍ਰੇਡ ਲੈਣਗੇ। ਇਸ ਤੋਂ ਬਾਅਦ ਕਨੈਕਟਿਵਿਟੀ ਦੇ ਵਿੱਚ ਵਾਈਫਾਈ ਹੈ, ਬਲੂਟੂਥ ਟ੍ਰੇਡਿੰਗ ਹੈਗਾ, USB 3.0। ਇਸ ਤੋਂ ਬਾਅਦ ਗੱਲ ਕਰਦੇ ਹਾਂ ਬੈਟਰੀ ਦੀ, ਬੈਟਰੀ ਹੈ 2500 mAh। ਇਸ ਤੋਂ ਬਾਅਦ ਦੇਖਾਂਗੇ ਇਹ ਹੈ ਹੋਮ ਦਾ ਬਟਨ ਬੈਕ ਦਾ ਅਤੇ ਮੀਨੂ ਦਾ, ਇਹ ਅਸੀਂ ਡਿਸਪਲੇ ਦੇ ਉੱਤੇ ਵੀ ਲੈ ਕੇ ਜਾ ਸਕਦੇ ਹਾਂ ਅਤੇ ਬੈਕਲਾਈਟ ਦੇ ਉੱਤੇ ਵੀ। ਇਸ ਤੋਂ ਬਾਅਦ ਅਸੀਂ ਦੇਖਾਂਗੇ ਇਸ ਸੈੱਟ ਦਾ ਐਂਟੀਟੂ ਬੈਂਚਮਾਰਕ ਸਕੋਰ। ਇਸ ਨੂੰ ਤੁਸੀਂ ਆਪਣੇ ਕਿਸੇ ਵੀ ਐਂਡਰਾਇਡ ਮੋਬਾਈਲ ਦੇ ਵਿੱਚ ਇੰਸਟਾਲ ਕਰਕੇ ਆਪਣੇ ਮੋਬਾਈਲ ਦਾ ਸਟੇਟਸ ਚੈੱਕ ਕਰ ਸਕਦੇ ਹੋ। ਸੋ ਟੈਸਟ ਸ਼ੁਰੂ ਹੁੰਦਾ ਹੈ। ਸਕੋਰ ਕਰਦਾ ਹੈ 32,017, ਜੋ ਕਿ ਰੈਡਮੀ ਨੋਟ ਦੇ ਨਾਲੋਂ ਅਤੇ ਹੋਰ ਮੀਡੀਆ ਟੈਕ ਦੇ ਓਕਟਾ ਕੋਰ ਪ੍ਰੋਸੈਸਰ ਦੇ ਨਾਲੋਂ ਜ਼ਿਆਦਾ ਨੇ। ਇਸ ਦੇ ਉੱਤੇ ਸ਼ੋਮੀ MI 3 ਵਗੈਰਾ ਉੱਤੇ ਹਨ, ਜਦੋਂ ਕਿ HTC 1 ਰੈਡਮੀ ਨੋਟ ਨੂੰ ਇਹ ਕ੍ਰੋਸ ਕਰ ਜਾਂਦਾ ਹੈ। ਸੋ ਬਹੁਤ ਹੀ ਵਧੀਆ ਐਂਟੀਟੂ ਬੈਂਚਮਾਰਕ ਸਕੋਰ ਹੈ ਸੈੱਟ ਦਾ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗੇਮਿੰਗ ਦੀ। ਕਿਤੇ ਵੀ ਫਰੇਮ ਡਰੋਪ ਨਹੀਂ ਹੋ ਰਿਹਾ, ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਰਹੀ ਹੈ। ਕੁਇਕ ਰਿਸਪੋਂਸ ਹੈ, ਸੋ ਲੈਗਿੰਗ ਵਗੈਰਾ ਫਰੇਮ ਡਿੱਗਣ ਦਾ ਕਿਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ। ਇਸ ਲਈ ਅਸੀਂ ਸ਼ੁਕਰੀਆ ਕਰਾਂਗੇ ਸਨੈਪਡ੍ਰੈਗਨ ਦੇ ਓਕਟਾਕੋਰ ਪ੍ਰੋਸੈਸਰ। ਸੋ ਜੇ ਤੁਸੀਂ ਬਹੁਤ ਜੇ ਤੁਸੀਂ ਹਾਈ ਐਂਡ ਗੇਮਰ ਹੋ ਤਾਂ ਤੁਹਾਡੇ ਲਈ ਇਹ ਸੈੱਟ ਬਹੁਤ ਵਧੀਆ।
ਸੀ। ਹੁਣ ਅਸੀਂ ਗੱਲ ਕਰਾਂਗੇ ਸੈੱਟ ਦੇ ਆਡੀਓ ਵੀਡੀਓ ਪਲੇਬੈਕ ਦੇ ਬਾਰੇ ਵਿੱਚ। ਜਿਵੇਂ ਅਸੀਂ ਦੇਖ ਰਹੇ ਹਾਂ ਜੋ ਵੀਡੀਓ ਦੀ ਕੁਆਲਿਟੀ ਉਹ ਬਹੁਤ ਜ਼ਿਆਦਾ ਵਧੀਆ, ਪਰ ਆਡੀਓ ਉਨੀ ਲਾਊਡ ਨਹੀਂ ਹੈ ਜਿੰਨੀ ਅਸੀਂ ਐਕਸਪੈਕਟ ਕਰਦੇ ਹਾਂ ਇਸ ਮੋਬਾਈਲ ਤੋਂ। ਪਰ ਫਿਰ ਵੀ ਵੀਡੀਓ ਕੁਆਲਿਟੀ ਕਿਸੇ ਵੀ ਐਂਗਲ ਵਿੱਚ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ। ਮਤਲਬ ਇਸ 'ਤੇ ਫਾਈਨਲ ਸਕੋਰ ਦਾ ਸਕੋਰ ਕਰਦਾ ਕੈਮਰੇ ਦੇ ਵਿੱਚੋਂ 10 ਦੇ ਵਿੱਚੋਂ 8 ਨੰਬਰ ਅਸੀਂ ਦੇਵਾਂਗੇ। ਬਹੁਤ ਵਧੀਆ ਕੈਮਰੇ ਦੇ ਆਊਟਪੁੱਟ ਐਜ਼ ਕੰਪੇਅਰ ਟੂ ਰੈਡਮੀ ਨੋਟ। ਇਸ ਤੋਂ ਬਾਅਦ ਪ੍ਰੋਸੈਸਰ ਦੀ ਗੱਲ ਕਰਦਾ ਹੈ, 10 ਵਿੱਚੋਂ 9 ਨੰਬਰ ਲੈ ਰਿਹਾ, ਬਹੁਤ ਜ਼ਿਆਦਾ ਵਧੀਆ ਪ੍ਰੋਸੈਸਰ ਹੈ। ਉਸ ਤੋਂ ਬਾਅਦ ਵੀਡੀਓ ਪਲੇਬੈਕ 10 ਦੇ ਵਿੱਚੋਂ 9 ਨੰਬਰ ਲੈ ਰਿਹਾ ਹੈ। ਆਡੀਓ ਕੁਆਲਿਟੀ 10 ਦੇ ਵਿੱਚੋਂ 7 ਨੰਬਰ ਹੈ। ਬੈਟਰੀ ਲਾਈਫ ਥੋੜ੍ਹਾ ਡਿਸਪੁਆਇੰਟ ਕਰਦੀ ਹੈ, ਇਸ ਕਰਕੇ ਸਰ ਅਸੀਂ ਬੈਟਰੀ ਲਈ 10 ਦੇ ਵਿੱਚੋਂ 7 ਨੰਬਰ ਦੇ ਰਹੇ ਹਾਂ। ਉਸ ਤੋਂ ਬਾਅਦ ਕਨੈਕਟੀਵਿਟੀ ਜਿਸ ਦੇ ਵਿੱਚ 4G 3G ਅਤੇ ਵਾਈਫਾਈ ਕਨੈਕਟੀਵਿਟੀ ਸ਼ਾਮਿਲ ਹੈ। ਸੋ ਕਨੈਕਟੀਵਿਟੀ ਵਾਈਜ਼ ਇੱਕ ਬਹੁਤ ਵਧੀਆ ਸੈੱਟ ਹੈ। ਸੋ 10 ਦੇ ਵਿੱਚੋਂ 9 ਨੰਬਰ ਅਸੀਂ ਦੇਵਾਂਗੇ। ਕਾਲ ਕੁਆਲਿਟੀ ਫਿਰ ਬਹੁਤ ਜ਼ਿਆਦਾ ਵਧੀਆ, ਕਾਲ ਕੁਆਲਿਟੀ 10 ਦੇ ਵਿੱਚੋਂ 8 ਨੰਬਰ। ਸੋ ਜੋ ਫਾਈਨਲ ਸਕੋਰ ਇਹ ਕਰਦਾ ਹੈ ਸੈੱਟ 10 ਦੇ ਵਿੱਚੋਂ 8 ਨੰਬਰ ਸਕੋਰ ਕਰਦਾ। ਸਾਡੀ ਸੁਜੈਸ਼ਨ ਹੈ ਜੋ ਤੁਹਾਨੂੰ ਇਹ ਸੈੱਟ ਜ਼ਰੂਰ ਲੈਣਾ ਚਾਹੀਦਾ ਜੇ ਤੁਸੀਂ 10,000 ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਸੈੱਟ ਲੈਣ ਦੀ ਸਰਚ ਕਰ ਰਹੇ ਹੋ। ਸੋ ਇੰਸਟੈਂਟ ਹੋ ਕਿ ਤੁਸੀਂ ਕਿਸੇ ਮਸ਼ਹੂਰ ਬ੍ਰਾਂਡ 'ਤੇ ਜਾਂ ਆਪਣੇ ਦੋਸਤਾਂ ਦੇ ਸੋਹਣੇ ਸੁਨੇਹੇ ਨਾਮ 'ਤੇ ਜਾਓ। ਤੁਹਾਨੂੰ ਜਾਣਾ ਚਾਹੀਦਾ ਹੈ ਜੂ ਯੂਰੇਕਾ ਦੇ ਨਾਲ, ਬਹੁਤ ਵਧੀਆ। ਸੋ ਹੁਣ ਅਸੀਂ ਅਗਲੇ ਹਫ਼ਤੇ ਫਿਰ ਕੋਸ਼ਿਸ਼ ਕਰਾਂਗੇ ਰੈਡਮੀ 2S ਦਾ ਰਿਵਿਊ ਲੈ ਕੇ ਆਉਣ ਦੀ, ਪਰ ਉਹ ਡਿਪੈਂਡ ਕਰਦਾ ਹੈ ਤੁਹਾਡੇ ਫੀਡਬੈਕ 'ਤੇ। ਫਸਟ ਟਾਈਮ ਸਾਡੀ ਕੋਸ਼ਿਸ਼ ਸੀ, ਕੁਝ ਕਮੀਆਂ ਵੀ ਰਹਿ ਗਈਆਂ ਨੇ। ਸੋ ਸਾਨੂੰ ਆਸ ਹੈ ਤੁਸੀਂ ਉਹਨਾਂ ਲਈ ਸਾਨੂੰ ਮਾਫ਼ ਕਰੋਗੇ। ਮੈਨੂੰ ਆਸ ਹੈ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਊਗਾ। ਤਦ ਤੱਕ ਲਈ ਸ਼ਬਾ ਖੈਰ, ਰੱਬ ਰੱਖਾ।